ਜੈ ਮਸੀਹ ਕੀ। ਮੇਰਾ ਨਾਮ ਰਣਜੀਤ ਸਿੰਘ ਹੈ, ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ। ਮੈਂ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਿਹਾ ਕਿ ਕਿਵੇਂ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਨਸ਼ਿਆਂ ਦੇ ਉੱਤੇ ਜੂਏ ਦੀ ਦੁਸ਼ਟ ਆਤਮਾ ਤੋਂ ਆਜ਼ਾਦ ਕੀਤਾ। ਜਿਸ ਤਰ੍ਹਾਂ ਪਵਿੱਤਰ ਵਚਨ ਵਿੱਚ ਲਿਖਿਆ ਹੈ ਕਿ ਜਿੱਥੇ ਕਿਤੇ ਪਰਮੇਸ਼ੁਰ ਦਾ ਆਤਮਾ ਉੱਥੇ ਆਜ਼ਾਦੀ ਹੈ, ਉਹੀ ਪਰਮੇਸ਼ੁਰ ਦਾ ਵਚਨ ਮੇਰੀ ਜ਼ਿੰਦਗੀ ਵਿੱਚ ਪੂਰਾ ਹੋਇਆ। ਪਿਛਲੇ 8 ਸਾਲ ਤੋਂ ਮੈਂ ਸ਼ਰਾਬ, ਅਫੀਮ, ਭੰਗ ਅਤੇ ਸਿਗਰਟ ਦਾ ਨਸ਼ਾ ਕਰਦਾ ਸੀ। ਇੱਕ ਦਿਨ 'ਚ ਮੈਂ ਇੱਕ ਬੋਤਲ ਪੂਰੀ ਸ਼ਰਾਬ ਦੀ ਪੀ ਜਾਂਦਾ ਸੀ। ਨਸ਼ੇ ਦੇ ਕਾਰਨ ਮੇਰੀ ਲਾਈਫ ਬਹੁਤ ਡਿਸਟਰਬ ਸੀ। ਜਿੰਨਾ ਵੀ ਮੈਂ ਕਮਾਉਂਦਾ ਸੀ ਉਹ ਮੈਂ ਨਸ਼ੇ 'ਚ ਅਤੇ ਜੂਏ 'ਚ ਉਡਾ ਦਿੰਦਾ ਸੀ। ਜਦੋਂ ਮੇਰਾ ਨਸ਼ਾ ਪੂਰਾ ਨਹੀਂ ਸੀ ਹੁੰਦਾ ਤਾਂ ਮੈਂ ਜੂਆ ਖੇਡਦਾ ਸੀ। ਜਦੋਂ ਮੇਰੇ ਕੋਲ ਪੈਸੇ ਥੋੜ੍ਹੇ ਹੋ ਜਾਂਦੇ ਸੀ ਨਸ਼ੇ ਵਾਸਤੇ ਤਾਂ ਮੈਂ ਆਪਣੇ ਯਾਰਾਂ ਦੋਸਤਾਂ ਕੋਲੋਂ ਮੰਗਦਾ ਸੀ। ਨਸ਼ੇ ਦੇ ਕਾਰਨ ਸਾਡੇ ਘਰ 'ਚ ਬਹੁਤ ਲੜਾਈ ਝਗੜਾ ਰਹਿੰਦਾ ਸੀ। ਪਹਿਲਾਂ ਨਸ਼ਾ ਮੈਂ ਘਰਦਿਆਂ ਤੋਂ ਚੋਰੀ ਕਰਦਾ ਸੀ, ਹੌਲੀ ਹੌਲੀ ਮੈਂ ਘਰਦਿਆਂ ਦੇ ਸਾਹਮਣੇ ਹੀ ਨਸ਼ਾ ਕਰਨ ਲੱਗ ਗਿਆ ਸੀ। ਇਸ ਕਾਰਨ ਮੇਰੀ ਫੈਮਿਲੀ ਬਹੁਤ ਪਰੇਸ਼ਾਨ ਰਹਿਣ ਲੱਗ ਪਈ। ਮੇਰੀ ਫੈਮਿਲੀ ਮੈਨੂੰ ਨਸ਼ਾ ਕਰਨ ਤੋਂ ਰੋਕਦੀ ਸੀ ਪਰ ਮੈਂ ਨਹੀਂ ਸੀ ਰੁਕਦਾ। ਮੈਂ ਇਹਨਾਂ ਨਸ਼ਿਆਂ ਤੋਂ ਥੱਕ ਹਾਰ ਚੁੱਕਾ ਸੀ। ਇਸ ਨਸ਼ਿਆਂ ਦੀ ਆਤਮਾ ਤੋਂ ਮੈਂ ਆਜ਼ਾਦੀ ਪਾਉਣਾ ਚਾਹੁੰਦਾ ਸੀ ਪਰ ਮੈਂ ਪਾ ਨਹੀਂ ਸੀ ਪਾ ਰਿਹਾ। ਨਸ਼ਿਆਂ ਦੇ ਕਰਕੇ ਮੇਰੀ ਫੈਮਿਲੀ ਬਹੁਤ ਡਿਸਟਰਬ ਰਹਿੰਦੀ ਸੀ, ਘਰ ਦੇ ਵਿੱਚ ਬਹੁਤ ਕਲੇਸ਼ ਰਹਿੰਦਾ ਸੀ, ਘਰ ਦੇ ਬਹੁਤ ਦੁਖੀ ਸੀ ਮੇਰੇ ਤੋਂ। ਮੈਂ ਨਸ਼ਾ ਛੱਡਣਾ ਚਾਹੁੰਦਾ ਸੀ ਪਰ ਮੈਂ ਛੱਡ ਨਹੀਂ ਸੀ ਪਾ ਰਿਹਾ। ਇਸ ਨਸ਼ੇ ਦੌਰਾਨ ਮੈਂ ਬਹੁਤ ਦੁਖੀ ਰਹਿੰਦਾ ਸੀ, ਮੈਂ ਡਿਪਰੈਸ਼ਨ 'ਚ ਰਹਿੰਦਾ ਸੀ। ਮੈਨੂੰ ਸਮਝ ਨਹੀਂ ਆਉਂਦੀ, ਮੈਨੂੰ ਨਾ ਮੇਰਾ ਕੰਮ 'ਤੇ ਜਾਣ ਨੂੰ ਜੀ ਕਰਦਾ ਸੀ ਨਸ਼ੇ ਤੋਂ ਬਿਨਾਂ, ਅਤੇ ਨਾ ਮੈਂ ਕੋਈ ਕੰਮ ਕਰ ਪਾਉਂਦਾ ਸੀ। ਇਸ ਦੌਰਾਨ ਮੇਰੇ ਮੰਮੀ ਮੈਨੂੰ ਕਿਸੇ ਹੋਰ ਜਗ੍ਹਾ 'ਤੇ ਲੈ ਕੇ ਗਏ। ਜਦੋਂ ਮੈਨੂੰ ਕਿਸੇ ਜਗ੍ਹਾ 'ਤੇ ਮੇਰੇ ਮੰਮੀ ਜੀ ਲੈ ਕੇ ਗਏ, ਉਹਨਾਂ ਨੇ ਮੈਨੂੰ ਦੇਖ ਕੇ ਕਿਹਾ ਕਿ ਇਸ ਨੂੰ ਖਾਮਰਾ ਚਰਚ ਲੈ ਕੇ ਜਾਓ, ਇਹਨੇ ਉੱਥੇ ਜਾ ਕੇ ਠੀਕ ਹੋਣਾ। ਫਿਰ ਜਦੋਂ ਮੈਂ ਪਹਿਲੀ ਵਾਰ ਖਾਮਰਾ ਚਰਚ ਆਇਆ, ਉੱਥੇ ਮੈਂ ਪ੍ਰੇਰਿਤ ਅੰਕੁਰ ਨੂਲਾਈ ਦੇ ਵਚਨਾਂ ਨੂੰ ਸੁਣਿਆ ਤਾਂ ਮੈਨੂੰ ਬਹੁਤ ਚੰਗਾ ਮਹਿਸੂਸ ਹੋਇਆ। ਇੱਕ ਦਿਨ ਮਾਸ ਪ੍ਰੇਅਰ ਦੇ ਦੌਰਾਨ ਪਰਮੇਸ਼ੁਰ ਦੇ ਦਾਸ ਨੇ ਘੋਸ਼ਣਾ ਕੀਤੀ ਕਿ ਨਸ਼ੇ ਦੀਆਂ ਅਤੇ ਜੂਏ ਦੀਆਂ ਦੁਸ਼ਟ ਆਤਮਾਵਾਂ ਤੁਹਾਨੂੰ ਛੱਡ ਕੇ ਜਾ ਰਹੀਆਂ। ਮੈਂ ਉਸ ਘੋਸ਼ਣਾ ਨੂੰ ਵਿਸ਼ਵਾਸ ਦੇ ਨਾਲ ਆਪਣੇ ਲਈ ਰਿਸੀਵ ਕੀਤਾ। ਇਸ ਘੋਸ਼ਣਾ ਨੂੰ ਰਿਸੀਵ ਕਰਨ ਤੋਂ ਬਾਅਦ ਮੈਂ ਹੁਣ 1.5 ਸਾਲ ਤੋਂ ਨਸ਼ੇ ਦੀ ਦੁਸ਼ਟ ਆਤਮਾ ਅਤੇ ਜੂਏ ਦੀ ਦੁਸ਼ਟ ਆਤਮਾ ਤੋਂ ਬਿਲਕੁਲ ਆਜ਼ਾਦ ਹਾਂ। ਹੁਣ ਮੈਂ ਜੋ ਵੀ ਕਮਾਉਂਦਾ ਆਪਣੇ ਘਰ ਵਿੱਚ ਦਿੰਦਾ ਹਾਂ। ਇਸ ਕਾਰਨ ਹੁਣ ਮੇਰੀ ਫੈਮਿਲੀ ਮੇਰੇ ਨਾਲ ਬਹੁਤ ਖੁਸ਼ ਹੈ। ਹੁਣ ਮੈਂ ਆਪਣੀ ਫੈਮਿਲੀ ਦੇ ਵਿੱਚ ਬਹੁਤ ਖੁਸ਼ ਰਹਿੰਦਾ ਹਾਂ। ਨਾ ਮੈਂ ਹੁਣ ਕੋਈ ਨਸ਼ਾ ਕਰਦਾ, ਨਾ ਮੈਂ ਕੋਈ ਜੂਆ ਖੇਡਦਾ ਹਾਂ। ਇਸ ਗਵਾਹੀ ਦੇ ਲਈ ਮੈਂ ਪ੍ਰਭੂ ਯਿਸੂ ਮਸੀਹ ਦਾ ਅਤੇ ਪ੍ਰੇਰਿਤ ਅੰਕੁਰ ਨੂਲਾਈ ਦਾ ਬਹੁਤ ਧੰਨਵਾਦ ਕਰਦਾ ਹਾਂ। ਸਾਰਿਆਂ ਨੂੰ ਜੈ ਮਸੀਹ।